ਤੈਨੂੰ ਜਾਣ ਦਾ ਉਦੋਂ ਵੀ ਕੋਈ ਨਹੀਂ ਸੀ ਤੇ ਹੁਣ ਅਗਰ ਤੈਨੂੰ ਜਾਣੂਗਾ ਵੀ ਤੈਨੂੰ ਤਾਂ ਹੀ ਜਾਣੂਗਾ ਬੰਦਾ ਕਿਉਂਕਿ ਤੂੰ ਫੁੱਦੂ ਇਨਸਾਨ। ਜਿਹੜਾ ਫੁੱਦੂ ਅਰਸ਼ ਪੈਨੀਪਾਲ ਹੈਗਾ ਆ ਮੈਨੂੰ ਲੱਗਦਾ ਕੈਨੇਡਾ ਦਾ ਆ, ਸਾਡੇ ਤੇਰੇ ਪੱਲੇ ਤਾਂ ਕੁਛ ਹੈ ਹੀ ਨਹੀਂ, ਗੁੱਚੀ ਗੁੱਚੀ ਕਰਦਾ ਆ। ਕੁੜੀ ਨੂੰ ਇਹਨੇ ਕਰਤਾ ਪ੍ਰੈਗਨੈਂਟ, ਫਿਰ ਇਹ ਗਾਇਬ ਹੋ ਗਿਆ, ਕੁੜੀ ਨੂੰ ਕਰਤਾ ਬਲੌਕ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਤੰਬਰ ਮਹੀਨੇ ਵਿੱਚ ਐਲੀ ਮੰਗੜ ਦੇ ਰੰਮੀ ਰੰਧਾਵਾ ਵੱਲੋਂ ਵਿਵਾਦਾਂ ਦੀ ਸ਼ੁਰੂਆਤ ਤੋਂ ਬਾਅਦ ਅਕਤੂਬਰ ਮਹੀਨੇ ਵਿੱਚ ਵੀ ਇਹ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ। ਆਏ ਦਿਨ ਨਵਾਂ ਹੀ ਪੰਜਾਬੀ ਗਾਇਕ ਵਿਵਾਦਾਂ ਵਿੱਚ ਆਇਆ ਰਹਿੰਦਾ ਹੈ। ਪਿਛਲੇ ਦਿਨ ਇੱਕ ਲੜਕੀ ਨੇ ਮਸ਼ਹੂਰ ਪੰਜਾਬੀ ਸਿੰਗਰ ਅਰਸ਼ ਬੈਨੀਪਾਲ ਉੱਤੇ ਲੜਕੀਆਂ ਦਾ ਸਰੀਰਕ ਸ਼ੋਸ਼ਣ ਤੇ ਪੈਸੇ ਠੱਗਣ ਦੇ ਕਈ ਇਲਜ਼ਾਮ ਲਾਏ। ਆਓ ਦੇਖਦੇ ਹਾਂ ਸਾਰੀ ਵੀਡੀਓ। ਪਰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਆਈ ਥਿੰਕ ਇੱਕ ਲੜਕੀ ਹੀ ਆ ਜੋ ਸਾਰਾ ਐਵੀਡੈਂਸ ਇਕੱਠਾ ਕਰਕੇ ਵਿਕਟਿਮਸ ਦੇ ਨਾਲ ਗੱਲ ਕਰਕੇ ਜਿਨ੍ਹਾਂ ਨੂੰ ਮਤਲਬ ਉਹਨਾਂ ਦੇ ਨਾਲ ਮਾੜਾ ਹੋਇਆ ਹੋਊਗਾ, ਮੇ ਬੀ ਸੈਕਸ਼ੂਅਲ ਅਬਿਊਜ਼, ਕੋਈ ਸੈਕਸ਼ੂਅਲ ਹਰਾਸਮੈਂਟ ਹੋਈ ਹੋਊਗੀ ਜਾਂ ਵਟਐਵਰ, ਉਹ ਮਤਲਬ ਸਾਰਾ ਐਵੀਡੈਂਸ ਇਕੱਠਾ ਕਰਕੇ ਸਟੋਰੀ ਨੂੰ ਕਨਫਰਮ ਕਰਕੇ ਫਿਰ ਹੀ ਪੋਸਟ ਕਰਦੇ ਨੇ, ਕਿਉਂਕਿ ਓਬਵੀਅਸਲੀ ਤੁਸੀਂ ਕਿਸ ਦੀ ਲਾਈਫ ਵੀ ਰੂਨ ਕਰ ਸਕਦੇ ਹੋ, ਸੋ ਦੇ ਵੈਰੀ ਰਿਸਪੋਂਸੀਬਲ। ਅਤੇ ਉਹਨਾਂ ਨੇ ਇੱਕ ਸਟੋਰੀ ਪਾਈ ਸੀ ਇੱਕ ਬਹੁਤ ਹੀ ਫੁੱਦੂ ਸਿੰਗਰ ਦੀ, ਜਿਹਨੂੰ ਮੈਂ ਬਿਲਕੁਲ ਨਹੀਂ ਜਾਣਦੀ ਸੀ, ਸਿਰਫ ਇਸ ਪੋਸਟ ਤੋਂ ਬਾਅਦ ਹੀ ਜਾਣਨ ਲੱਗੀ ਹਾਂ। ਜਿਹੜਾ ਫੁੱਦੂ ਅਰਸ਼ ਪੈਨੀਪਾਲ ਹੈਗਾ ਆ ਮੇਰਾ ਤਾਂ ਕੈਨੇਡਾ ਦਾ ਆ, ਇਹ ਵਿਆਹਿਆ ਹੋਇਆ, 3 ਸਾਲ ਦਾ ਬੱਚਾ ਵੀ ਆ, ਅਤੇ ਮਤਲਬ ਇਹ ਕੁੜੀਆਂ ਦੇ ਨਾਲ ਆਪਣੇ ਅਫੈਰਸ ਜਾਰੀ ਰੱਖਦਾ ਆ। ਪਹਿਲਾਂ ਦੱਸਦਾ ਨਹੀਂ ਕਿ ਮੈਂ ਵਿਆਹਿਆ ਹੋਇਆ, ਭੈਂਕੜਾ ਫਲੰਕੜਾ। ਫਿਰ ਬਾਅਦ ਦੇ ਵਿੱਚ ਇਹ ਕੁੜੀਆਂ ਨੂੰ ਕਹੋਗੇ ਮੈਨੂੰ ਪੈਸੇ ਭੇਜੋ, ਕੁੜੀਆਂ ਪੈਸੇ ਭੇਜਦੇ ਭੇਜਦੇ ਮੈਨੂੰ ਲੱਗਦਾ ਇਨ ਟੋਟਲ 20,000 US ਡਾਲਰਸ ਇਹਦੇ ਅਕਾਊਂਟ ਦੇ ਵਿੱਚ ਜਾ ਚੁੱਕੇ ਨੇ। ਸਾਰਾ ਐਵੀਡੈਂਸ ਦੇਖਿਆ ਹੋਇਆ ਤੁਸੀਂ, ਕੋਲ ਮੂਵਮੈਂਟ ਇੰਸਟਾਗ੍ਰਾਮ ਹੈਂਡਲ 'ਤੇ ਵੀ ਐਵੀਡੈਂਸ ਦੇਖ ਸਕਦੇ ਹੋ। ਐਰ ਟਿਕਟਸ ਕਰਾਉਂਦਾ ਉਹਨਾਂ ਤੋਂ, ਹੋਟਲਸ, ਆਪਣੇ ਜੋ ਐਕਸਪੈਂਸਿਸ ਹੁੰਦੇ, ਖਰਚਾ ਐਰਾ ਵਗੈਰਾ, ਉਹ ਮਤਲਬ ਉਹਨਾਂ ਤੋਂ, ਕੁੜੀਆਂ ਤੋਂ ਕਰਾ ਰਿਹਾ। ਆਪਣੀ ਸਟੇਟਮੈਂਟ ਕੋਈ ਭੇਜ ਦਿੰਦਾ ਹੈ ਕਿ ਮੇਰੇ ਕੋਲ ਸਿਰਫ ਯੂਨੋ $300 ਰਹਿੰਦੇ ਨੇ ਮੇਰੇ ਅਕਾਊਂਟ ਦੇ ਵਿੱਚ, ਪਲੀਜ਼ ਮੈਂ ਔਖਾ ਹਾਂ, ਮੈਨੂੰ ਭੇਜ ਦਿਉ। ਚਲੋ ਉਹ ਆਪਣੀ ਰਿਲੇਸ਼ਨਸ਼ਿਪ ਦੇ ਵਿੱਚ ਹੁੰਦੀਆਂ ਨੇ ਅਤੇ ਉਹ ਭੇਜ ਦਿੰਦੀਆਂ ਨੇ। ਸੋ ਗੱਲ ਇੱਥੋਂ ਤੱਕ ਵੀ ਪਹੁੰਚ ਗਈ ਸੀ ਕਿ ਇੱਕ ਕੁੜੀ ਨੂੰ ਉਹਨੇ ਪ੍ਰੈਗਨੈਂਟ ਵੀ ਕਰਤਾ ਸੀ, ਕੁੜੀ ਨੂੰ ਇਹਨੇ ਕਰਤਾ ਪ੍ਰੈਗਨੈਂਟ, ਫਿਰ ਇਹ ਗਾਇਬ ਹੋ ਗਿਆ, ਕੁੜੀ ਨੂੰ ਕਰਤਾ ਬਲੌਕ। ਕੁੜੀ ਜਿਹੜੀ ਹੈਗੀ ਉਹਦੀ ਮਿਸਕੈਰੇਜ ਹੋ ਗਈ, ਮਤਲਬ ਕੁੜੀ ਦੀ ਜ਼ਿੰਦਗੀ ਬਰਬਾਦ ਕਰਤੀ ਇੰਨੇ ਟਾਈਮ, ਆਈ ਥਿੰਕ 2 ਸਾਲ ਤੋਂ ਅਫੈਰ ਉਹਦੇ ਨਾਲ ਕਰਕੇ ਰੱਖ ਕੇ। ਸੋ ਦੈਟਸ ਵਾਈ ਇਟਸ ਵੈਰੀ ਇੰਪੋਰਟੈਂਟ ਕਿ ਇਹ ਜਿਹੇ ਇਨਸਾਨ ਨੂੰ ਆਪਾਂ ਐਕਸਪੋਜ਼ ਕਰੀਏ, ਕਿਉਂਕਿ ਉਹ ਸੋਚਦਾ ਕਿ ਮੈਂ ਬਹੁਤ ਵੱਡਾ ਸਟਾਰ ਹਾਂ, 2-3 ਗਾਣੇ ਨੇ ਕੱਢਤੇ ਬਕਵਾਸ ਜੇ, ਵੀਡੀਓ 2-3 ਪੈਸੇ ਲਾ ਕੇ ਆਪਣੀ 2-3 ਵੀਡੀਓ ਬਣਾਤੀਆਂ, ਤੂੰ ਸਾਰਾ ਕੁਛ ਨਹੀਂ, ਤੈਨੂੰ ਕੋਈ ਕੁਛ ਨਹੀਂ, ਤੈਨੂੰ ਜਾਣ ਦਾ ਉਦੋਂ ਵੀ ਕੋਈ ਨਹੀਂ ਸੀ ਅਤੇ ਹੁਣ ਅਗਰ ਤੈਨੂੰ ਜਾਣੂਗਾ ਵੀ ਤੈਨੂੰ ਤਾਂ ਹੀ ਜਾਣੂਗਾ ਬੰਦਾ ਕਿਉਂਕਿ ਤੂੰ ਫੁੱਦੂ ਇਨਸਾਨ ਆ ਜੋ ਲੋਕਾਂ ਦੀ ਧੀਆਂ ਭੈਣਾਂ ਦੀ ਇੱਜ਼ਤ ਦੇ ਨਾਲ ਖੇਡਦਾ ਹੈ। ਬਸ ਇਹੀ ਕਹਾਂਗੀ ਕਿ ਜਿਹੜੇ ਮਰਜ਼ੀ ਮੁਕਾਮ 'ਤੇ ਰੱਬ ਤੁਹਾਨੂੰ ਬਿਠਾ ਦੇਵੇ, ਭਾਵੇਂ ਇੱਥੇ ਬਿਠਾਵੇ ਜਾਂ ਇੱਥੇ ਬਿਠਾਵੇ, ਕਦੇ ਵੀ ਆਪਣੀ ਪਾਵਰ ਨੂੰ ਅਬਿਊਜ਼ ਨਾ ਕਰੋ। ਅਗਰ ਤੂੰ ਸਿੰਗਰ ਨਾ ਹੁੰਦਾ, ਅਗਰ ਤੂੰ ਵੀਡੀਓਜ਼ ਨਾ ਕਰਦਾ, ਓਬਵੀਅਸਲੀ ਤੈਨੂੰ ਕਿਹਨੇ ਤੈਨੂੰ ਦੇਖ ਕੇ ਅਟਰੈਕਟਡ ਹੋਣਾ ਸੀ? ਕਦੇ ਕਦੇ ਕਈ ਲੋਕ ਇਹੋ ਜਿਹੀ ਚੀਜ਼ਾਂ ਨੂੰ ਲੈ ਕੇ ਇਸ ਟਰੈਪ ਦੇ ਵਿੱਚ ਮਤਲਬ ਡਿੱਗ ਜਾਂਦੇ ਨੇ, ਦੇਖਦੇ ਆ ਕਿ ਹਾਂ ਯਾਰ ਇਹਦਾ ਕੁਛ ਬਣੂਗਾ, ਬਹੁਤ ਵਧੀਆ ਕਰਦਾ ਆ, ਜੋ ਯੂਨੋ ਇਹ ਇੱਕ ਅਟਰੈਕਸ਼ਨ ਬਣ ਜਾਂਦੀ ਹੈ ਲੋਕਾਂ ਵਾਸਤੇ, ਵਨ ਇਨ ਰਿਐਲਿਟੀ ਤੇਰੇ ਪੱਲੇ ਕੁਛ ਨਹੀਂ, ਯੂ ਡੋਨਟ ਈਵਨ ਹੈਵ ਅ ਪੀ ਨੋਟ ਟੂ ਯੋਰ ਨੇਮ। ਅਤੇ ਉਹ ਉੱਪਰੋਂ ਦੀ ਤੂੰ ਐਕਟਿੰਗ ਕਿੱਦਾਂ ਕਰਦਾ ਕਿ ਮੈਂ ਬਹੁਤ ਜ਼ਿਆਦਾ ਬਹੁਤ ਅਮੀਰ ਹਾਂ, ਬਹੁਤ ਤਕੜਾ ਹਾਂ, ਸਾਡੇ ਤੇਰੇ ਪੱਲੇ ਤਾਂ ਕੁਛ ਹੈ ਹੀ ਨਹੀਂ, ਗੁੱਚੀ ਗੁੱਚੀ ਕਰਦਾ ਆ, ਲੋਕਾਂ ਤੋਂ ਪੈਸੇ ਲੈ ਕੇ ਗੁੱਚੀ ਗੁੱਚੀ ਕਰਨੀ ਆ, ਲਾਈਕ ਸ਼ਰਮ ਆਉਂਦੀ ਹੈ ਜੀ ਲੋਕਾਂ ਤੇ। ਫੁਕਰੀ ਮਾਰਨੀ ਆਪਣੇ ਸਿਰ ਤੇ ਮਾਰ, ਲੋਕਾਂ ਦੇ ਸਿਰ ਤੇ ਕਿਉਂ ਮਾਰ ਰਿਹਾ? ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਸਾਰੇ ਮਾਮਲੇ ਦਾ ਪਤਾ ਲੱਗ ਹੀ ਗਿਆ ਹੋਵੇਗਾ। ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਲੜਕੀਆਂ ਨਾਲ ਅਜਿਹਾ ਕਰਨ ਵਾਲੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਮਾਰਦੀ ਆ ਫੂਕਾਂ ਚੁੰਮ ਚੁੰਮ ਕੇ, ਕਿੱਥੇ ਤੇਰਾ ਹਾਸਾ ਨਹੀਂ ਸੀ ਭੁੱਲਣਾ, ਆ ਚੱਕ ਤੈਨੂੰ ਵੀ ਭੁੱਲ।